ਜ਼ਿਲ੍ਹੇ ਵਿੱਚ ਸੁਰੱਖਿਆ ਬਣਾਈ ਰੱਖਣ ਦੇ ਲਈ ਬਠਿੰਡਾ ਜ਼ਿਲ੍ਹਾ ਪੁਲਿਸ ਅਤੇ ਰੇਲਵੇ ਆਰ.ਪੀ.ਐਫ. ਦੇ ਵੱਲੋਂ ਬਠਿੰਡਾ ਸਟੇਸ਼ਨ ਤੇ ਗੱਡੀਆਂ ਅਤੇ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਜ਼ਿਲ੍ਹੇ ਦੇ ਵਿੱਚ ਨਾ ਵਾਪਰ ਸਕੇ। ਬਠਿੰਡਾ ਪੁਲਿਸ ਅਤੇ ਰੇਲਵੇ ਆਰ.ਪੀ.ਐਫ. ਦੇ ਵੱਲੋਂ ਸਟੇਸ਼ਨ ਤੇ ਖੜੀ ਟ੍ਰੇਨਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਯਾਤਰੀਆਂ ਦੇ ਸਮਾਨ ਨੂੰ ਵੀ ਚੈੱਕ ਕੀਤਾ ਗਿਆ।